पुराणा दियां कहानियां ने, जी ये कोई हाथी सुटे आसमान च, उन्हां दा फेथ है, मैं उहदे ते कोई सवाल नहीं करदा, जी पर मैं ये कहना चाहुंदा वी उहदे ते विश्वास करदे ने कि भाई ये इवें ही है। जी उस नूं जाके उहनां दे आ हुण पिछे जे गणेश नूं दुध पिआउण लगे जी, गणेश दुध पी रहा है, ਤੇ ਉਹ ਜਿਹੜੀ ਲਾਈਨਾਂ ਲੱਗੀਆਂ ਸੀ ਉਹਨਾਂ ਚ ਕੋਈ ਸੁਪਰੀਮ ਕੋਰਟ ਦਾ ਚੀਫ ਜਸਟਿਸ ਵੀ ਖੜਾ ਸੀ, ਚੀਫ ਇਲੈਕਸ਼ਨ ਕਮਿਸ਼ਨਰ ਸ਼ੇਸ਼ਨ ਸੀ ਉਸ ਵੇਲੇ ਉਹ ਵੀ ਖੜਾ ਸੀ, ਹਾਲਾਂ ਹਰ ਇੱਕ ਨੂੰ ਪਤਾ ਹੈ ਕਿ ਪੱਥਰ ਦੁੱਧ ਨਹੀਂ ਪੀਂਦਾ ਹੈ, ਔਰ ਬਾਅਦ ਦੇ ਵਿੱਚ ਆਇਆ ਵੀ ਕਿ ਉਹਦੇ ਪਿੱਛੇ ਪਾਈਪਾਂ ਲੱਗੀਆਂ ਜਦੋਂ ਮੁਸ਼ਕ ਦੁੱਧ ਹੀ ਆਉਣ ਲੱਗ ਗਏ, ਪਰ ਦੁਨੀਆਂ ਭਰ ਚ ਗਣੇਸ਼ ਨੂੰ ਦੁੱਧ ਪਿਆਇਆ, ਸਾਇੰਸਦਾਨਾਂ ਨੇ ਵੀ ਪਿਆਇਆ, ਇਹਨਾਂ ਦਿਆਂ ਨੇ ਦੂਜਿਆਂ ਨੇ ਵੀ ਪਿਆਇਆ, ਕਿਸੇ ਹਿੰਦੁਸਤਾਨ ਦੇ ਮੀਡੀਆ ਦੇ ਵਿੱਚ ਇਹਨਾਂ ਦੇ ਧਰਮ ਨੂੰ ਮੰਨਣ ਵਾਲਿਆਂ ਨੇ ਕੋਈ ਉਹਦੇ ਤੇ ਸਵਾਲੀਆ ਨਿਸ਼ਾਨ ਨਹੀਂ ਲਾਏ, ਜਿਹਨੇ ਲਾਏ ਥੋੜੇ ਬਹੁਤ ਨਾਸਤਿਕ ਵਾਲੇ ਜਿਹੜੇ ਨੇ ਲੈਫਟਿਸਟ ਉਹਨਾਂ ਨੇ ਲਾਏ, ਪਰ ਉਹਨਾਂ ਨੇ ਮੰਨਿਆ ਕਿ ਵਾਕਈ ਜੀ ਕਰਾਮਾਤ ਹੋ ਸਕਦੀ ਹੈ, ਗਣੇਸ਼ ਦੁੱਧ ਪੀ ਸਕਦੇ ਨੇ, ਉਹਨਾਂ ਦਾ ਵਿਸ਼ਵਾਸ ਹੈ। ਮੈਂ ਵਿਸ਼ਵਾਸ ਦੇ ਉੱਤੇ ਫਿਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰ ਦੂਸਰੇ ਪਾਸੇ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ, ਸਾਡਾ ਸਭ ਤੋਂ ਬੱਚਾ ਧਰਮ ਹੈ, 545 ਸਾਲ ਦੀ ਅਸੀਂ ਗੱਲ ਕੀਤੀ, ਅੱਜ ਅਸੀਂ ਨਵੇਂ ਸਾਲ ਦੇ ਉੱਤੇ ਗੱਲ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਦੀ ਆਮਦ ਨਾਲ ਸਿੱਖੀ ਦੀ ਗੱਲ, ਸਾਡੇ ਕੋਲ ਸਾਰੀਆਂ ਐਸਾ ਥਾਵਾਂ ਨੇ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ, ਨਨਕਾਣਾ ਸਾਹਿਬ ਤੋਂ ਲੈ ਕੇ ਕਰਤਾਰਪੁਰ ਸਾਹਿਬ ਤੱਕ ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਜਿੱਥੇ ਜੋਤੀ ਜੋਤ ਸਮਾਏ, 10 ਗੁਰੂ ਸਾਹਿਬਾਨ ਨਾਲ ਸੰਬੰਧਿਤ ਸਾਰੇ ਸਾਊਥ ਏਸ਼ੀਆ ਦੇ ਵਿੱਚ ਸਾਡੀਆਂ ਇਤਿਹਾਸਿਕ ਯਾਦਾਂ ਨੇ। ਇਸ ਸਾਰੇ ਸਮੇਂ ਦੇ ਦੌਰਾਨ ਅੱਜ ਵੀ ਜੇ ਖਾਲਸਾ ਸਾਜੇ 1699 ਈਸਵੀ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ ਸਾਰਾ ਲਗਭਗ 314 ਸਾਲ ਬਣਦੇ ਨੇ, ਤੁਸੀਂ 6 ਜਨਰੇਸ਼ਨਾਂ ਪਿੱਛੇ ਚਲੇ ਜਾਓ, 7 ਜਨਰੇਸ਼ਨ ਤੁਹਾਡੇ ਪਰਦਾਦੇ ਦੇ ਪਰਦਾਦੇ ਦਾ ਪਰਦਾਦਾ ਜਿਹੜਾ ਗੁਰੂ ਸਾਹਿਬ ਦੇ ਨਾਲ ਜਿਹੜਾ ਉੱਥੇ ਜੰਗ ਸਾਥੀ ਹੋਏਗਾ ਅਨੰਦਪੁਰ ਸਾਹਿਬ ਦੁਸ਼ਮਣ ਦੇ ਖਿਲਾਫ। ਸੋ ਇੰਨੀ ਪੁਖਤਾ ਫਾਊਂਡੇਸ਼ਨ ਦੇ ਉੱਤੇ, ਔਰ ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ ਬਾਕੀ ਹਵਾਲੇ ਨਾਲ ਗੱਲ ਕਰਦੇ ਹਾਂ, ਕੋਈ ਧਰਮ ਪੁਸਤਕ ਬਾਅਦ ਚ ਲਿਖੀ ਗਈ, ਕੋਈ ਕਿਸੇ ਨੇ ਲਿਖਾਈ, ਕੋਈ ਕਿਸੇ ਨੇ ਸੁਧਾਈ, ਇੱਥੇ ਗੁਰੂ ਅਰਜਨ ਸਾਹਿਬ ਨੇ ਆਪਣੀ ਜਿਹੜੀ ਹੈ ਪੂਰੀ ਉਸ ਦੇ ਥੱਲੇ ਭਾਈ ਗੁਰਦਾਸ ਜੀ ਤੋਂ ਲਿਖਵਾਈ, ਅੱਜ ਵੀ ਸਾਡੇ ਕੋਲ ਆਦ ਬੀਡ ਮੌਜੂਦ ਹੈ। ਸੋ ਇਹ ਔਰ ਸਾਡਾ ਜਿਹੜਾ ਜੀਵਨ ਸਟਾਈਲ ਹੈ, ਗੁਰੂ ਨੇ ਜੋ ਸਾਨੂੰ ਜੀਵਨ ਦੀ ਜਾਂਚ ਦੱਸੀ, ਉਹ ਦੁਨੀਆਂ ਚ ਰਹਿੰਦੇ ਆ ਆਪਣੇ ਫਰਜ਼ ਪੂਰੇ ਕਰਦੇ ਆ, ਜਿਹੜਾ ਉਹ ਰੱਬ ਨੂੰ ਪਾਣ ਦਾ ਰਸਤਾ ਜਿਹੜਾ ਉਹ ਦੱਸਿਆ, ਉਸਦੇ ਚ ਇਹ ਨੀ ਹੈ ਵੀ ਦੁਨੀਆਂ ਤੋਂ ਦੌੜਾਤਾ ਹੈ, ਪਹਾੜਾਂ ਤੇ ਚੜ ਜਾਓ, ਮੱਠ ਚ ਵੜ ਜਾਓ, ਕੋਈ ਪੁੱਠੇ ਲਟਕ ਜਾਓ, ਹੱਠ ਜੋਗੀ, ਅਜੇ ਵੀ ਸਾਡੇ ਕਈ ਪੁੱਠੇ ਲਟਕਦੇ ਨੇ ਜੀ ਮੈਂ ਯੋਗਾ ਕਰ ਰਿਹਾ, ਤੁਸੀਂ ਸਿੱਧੇ ਦੌੜੋ, ਜਾਣਾ ਗਰਾਊਂਡ ਚ ਜਾਓ, 20 ਮਿੰਟ ਐਕਸਰਸਾਈਜ਼ ਕਰੋ, ਪਰ ਉਹ ਜਿਹੜੇ ਪ੍ਰਭਾਵ ਪਏ ਹੋਏ ਨੇ ਅਜੇ ਨਿਕਲਦੇ ਨਹੀਂ ਨੇ। ਸੋ ਕੱਲ ਗੱਲ ਹੋਈ ਸੀ ਜੋਤਸ਼ੀਆਂ ਔਰ ਤਾਂਤਰਿਕਾਂ ਤੇ ਦੂਸਰਿਆਂ ਦੀ, ਉਹਨਾਂ ਵੱਲ ਅਸੀਂ ਭੱਜਦੇ ਫਿਰਦੇ ਹਾਂ। ਹੁਣ ਜਦੋਂ ਜਿਹੜੇ ਲੋਕ ਸਵਾਲ ਕਰਦੇ ਨੇ, ਉਹ ਮੂਲ ਸਿੱਖੀ ਦੇ ਜਾਂ ਸਿੱਖੀ ਦਾ ਜਿਹੜਾ ਰੀਅਲ ਸਰੂਪ ਹੈ ਉਹਦੇ ਤੇ ਸਵਾਲ ਕਰ ਹੀ ਨਹੀਂ ਸਕਦੇ, ਕਿਉਂਕਿ ਸਿੱਖੀ ਇੰਨੀ ਕੁ ਮੁਕੰਮਲ ਹੈ। ਉਹਨਾਂ ਦੇ ਜਦੋਂ ਤੁਸੀਂ ਇਸ ਕਿਸਮ ਦੇ ਵਹਿਮ ਪਰਮ ਜਾਂ ਤੁਸੀਂ ਮੰਤਰ ਬਣਾ ਕੇ ਕਿਸੇ ਚੀਜ਼ ਦਾ ਇਸਤੇਮਾਲ ਕਰਦੇ ਹੋ, ਦੂਸਰਿਆਂ ਤੋਂ ਕਰਦੇ ਹੋ, ਸੁਪਰਸਟੀਸ਼ਨ, ਬਹੁਤ ਵਾਰੀ ਇਹ ਹੈ ਕਿ ਜਿਹੜਾ ਬੰਦਾ ਦੂਰੋਂ ਦੇਖਦਾ, ਜਿਹਦੇ ਸਾਡੇ ਆਪਣੇ ਬੱਚੇ ਵੀ ਸ਼ਾਮਲ ਨੇ, ਉਹ ਧਰਮ ਦੀ ਸਪਿਰਿਟ ਤੱਕ ਤਾਂ ਪਹੁੰਚਦਾ ਹੀ ਨਹੀਂ, ਉਹਨਾਂ ਨੂੰ ਸਾਡਾ ਉਹ ਪਖੰਡ ਜਿਹਾ ਨਜ਼ਰ ਆਉਂਦਾ ਜਿਹੜਾ ਅਸੀਂ ਬਹੁਤ ਸਾਰਾ ਰਚਾਇਆ ਹੋਇਆ। ਅਸੀਂ ਬਹੁਤ ਸਾਰਾ ਕਰਮ ਕਾਂਡ ਰਿਚੁਅਲ ਪ੍ਰੈਕਟਿਸ ਸਿੱਖੀ ਦੇ ਵਿੱਚ ਲੈ ਆਉਂਦੀ ਹੈ, ਤੇ ਆਮ ਸਾਡੇ ਬੱਚਿਆਂ ਬੱਚਿਆਂ ਨੂੰ ਵੀ ਲੱਗਦਾ ਵੀ ਇਹ ਧਰਮ ਹੈ। ਸੋ ਮੁੱਢਲੀ ਗੱਲ ਇਹ ਹੈ ਵੀ ਪਹਿਲਾਂ ਆਪ ਧਰਮ ਦੀਆਂ ਜੜ੍ਹਾਂ ਦੇ ਨਾਲ ਜੁੜੀਏ, ਔਰ ਫਿਰ ਜਦੋਂ ਅਸੀਂ ਆਪਣੇ ਬੱਚੇ ਬੱਚਿਆਂ ਨੂੰ ਇਸ ਗੱਲ ਦੇ ਨਾਲ ਸਮਝਾਵਾਂਗੇ ਜਿਹਦੇ ਚ ਫੇਥ ਵੀ ਹੈ, ਜਿਹਦੇ ਚ ਦਲੀਲ ਵੀ ਹੈ, ਜਿਹਦੇ ਚ ਪ੍ਰੈਕਟੀਕਲ ਜੀਵਨ ਜਾਂਚ ਵੀ ਹੈ, ਔਰ ਸਭ ਤੋਂ ਵੱਡੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਨੇ ਫਰਮਾਈ ਸੀ ਕਿ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਟਰੂਥਫੁਲ ਲਿਵਿੰਗ, ਅਪਲਾਈਡ ਟਰੂਥ, ਔਰ ਉਹਦੇ ਸਾਡਾ ਜੀਵਨ ਵੀ ਜਿਹੜਾ ਉਹ ਉਸ ਮੁਤਾਬਕ ਹੋਏ ਜੋ ਗੁਰੂ ਦੀਆਂ ਸਿੱਖਿਆਵਾਂ ਨੇ, ਤੇ ਕੋਈ ਕਿੰਤੂ ਪਰੰਤੂ ਦਾ ਨਹੀਂ ਰਹਿੰਦਾ। ਬਾਕੀ ਕਈ ਨਵੇਂ ਨਵੇਂ ਜਦੋਂ ਸਾਇੰਸ ਪੜ੍ਹਦੇ ਨੇ 8ਵੀਂ 9ਵੀਂ ਚ ਜਾਂਦੇ ਨੇ, ਕਿਸੇ ਨੇ ਡਾਰਵਿਨ ਪੜ੍ਹ ਲਿਆ, ਕਿਸੇ ਨੇ ਲੈਮਾਰਕ ਪੜ੍ਹ ਲਿਆ, ਕਿਸੇ ਨੇ ਆਈਨਸਟਾਈਨ ਦੇਖ ਲਿਆ ਅੱਗੇ ਜਾ ਕੇ, ਲੇਕਿਨ ਜੇ ਤੁਸੀਂ ਉਹਨਾਂ ਦੀ ਜਿਹਨਾਂ ਨੇ ਕਾਢਾਂ ਕੱਢੀਆਂ ਨੇ ਆਈਨਸਟਾਈਨ ਵਰਗੇ, ਤੁਹਾਨੂੰ ਲੱਗੇ ਇਹ ਨਜ਼ਰ ਆਏਗਾ ਕਿ ਉਹ ਬਹੁਤ ਸਪਿਰਿਚੁਅਲ ਲੋਕ ਸਨ ਇਨ ਦਾ ਐਂਡ, ਕਿਉਂਕਿ ਉਹ ਤਾਂ ਜੋ ਇੱਕ ਤੋਂ ਬਾਅਦ ਇੱਕ ਜਦੋਂ ਕੁਦਰਤ ਦੀ ਉਹ ਪਰਤ ਖੋਲਦੇ ਨੇ, ਤੇ ਉਹ ਤਾਂ ਆਪਣੇ ਆਪ ਸੈਂਸ ਆਫ ਵੰਡਰ ਚ ਹੁੰਦੇ ਨੇ ਵੀ ਵਾਹ ਵਾਹ, ਤੇ ਸਾਡਾ ਤਾਂ ਜਿਹੜਾ ਸਿਮਰਨ ਹੈ ਉਹ ਹੈ ਹੀ ਵਾਹਿਗੁਰੂ ਹੈ, ਵੰਡਰਫੁਲ ਲਾਰਡ, ਵਾਹ ਵਾਹ, ਅਸੀਂ ਤਾਂ ਸਾਰਾ ਕੁਛ ਬਰਿਆਰੀ ਕੁਦਰਤ ਵਸਿਆ। ਜਦੋਂ ਅਸੀਂ ਕੁਦਰਤ ਨੂੰ ਦੇਖਦੇ ਹਾਂ, ਪਹਾੜ ਦੇਖਦੇ ਹਾਂ, ਸਮੁੰਦਰ ਦੇਖਦੇ ਹਾਂ, ਖੂਬਸੂਰਤ ਬਨਸਪਤੀ ਦੇਖਦੇ, ਤੇ ਅਸੀਂ ਕਹਿੰਦੇ ਹਾਂ ਵਾਹੋ ਵਾਹੋ ਕਾ ਕੀ ਆ ਤਮਾਸ਼ਾ, ਕਿ ਵੀ ਇਹ ਤਾਂ ਵਾਹ ਵਾਹ। ਸੋ ਸਾਡਾ ਤਾਂ ਸਾਰਾ ਧਰਮ ਹੀ ਉਸ ਰੱਬ ਦੀ ਰਚਨਾ ਉਸ ਦੀ ਵਾਹ ਵਾਹ ਚ ਗੁਜ਼ਾਰਨ ਦਾ। ਸੋ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਸਾਡਾ ਕਸੂਰ ਵੀ ਹੈ,
ਜੇ ਅਸੀਂ ਪ੍ਰੈਕਟੀਕਲੀ ਸਿੱਖ ਵੇ ਆਫ ਲਾਈਫ ਨੂੰ ਅਪਣਾਇਆ ਨਹੀਂ ਹੋਇਆ, ਉਹ ਜੋ ਕੁਛ ਅਸੀਂ ਸਿੱਖ ਦੇ ਨਾਤੇ ਕਰਦੇ ਹਾਂ ਉਹ ਬਹੁਤ ਵਾਰੀ ਧਰਮ ਨਾ ਹੋ ਕੇ ਕਰਮ ਕਾਂਡ ਜ਼ਿਆਦਾ ਹੁੰਦੇ। ਜੀ ਡਾਕਟਰ ਸਾਹਿਬ, ਇਹ ਮੈਸੇਜ ਵੀਏ ਤੋਂ ਬੀਬੀ ਪਰਵਿੰਦਰ ਕੌਰ ਜੀ ਦਾ ਹੈ। ਇਹਨਾਂ ਨੂੰ ਤੁਹਾਡਾ ਬੀਬੀਆਂ ਸੰਬੰਧੀ ਦੱਸਿਆ ਗਿਆ ਇਤਿਹਾਸ ਬਹੁਤ ਚੰਗਾ ਲੱਗਾ। ਇਹਨਾਂ ਦਾ ਸਵਾਲ ਹੈ ਕਿ ਮੈਂ ਅੰਮ੍ਰਿਤ ਛਕਣਾ ਚਾਹੁੰਦੀ ਹਾਂ ਪਰ ਮੇਰੇ ਹਸਬੈਂਡ ਨਹੀਂ ਮੰਨਦੇ। ਉਹ ਕਹਿੰਦੇ ਹਨ ਕਿ ਅੰਮ੍ਰਿਤ ਨਾਲ ਪਾਬੰਦੀਆਂ ਵਾਲਾ ਜੀਵਨ ਹੋ ਜਾਂਦਾ ਹੈ, ਕੀ ਇਹ ਠੀਕ ਹੈ? ਦੇਖੋ ਇਹਦਾ ਹੀ ਜਵਾਬ ਮੈਂ ਪ੍ਰੀਵੀਅਸ ਸਵਾਲ ਚ ਆਲਮੋਸਟ ਦੇ ਹੀ ਦਿੱਤੇ ਜੀ ਕਿ ਪਹਿਲਾਂ ਤਾਂ ਭੈਣ ਜੀ ਪਰਵਿੰਦਰ ਕੌਰ ਦਾ ਧੰਨਵਾਦ, ਉਹਨਾਂ ਨੇ ਲਿਖਿਆ ਔਰ ਇਹ ਦੋਨੋਂ ਤਰ੍ਹਾਂ ਹੀ ਟਰੂ ਹੁੰਦਾ। ਕਈ ਵਾਰ ਜਦੋਂ ਵਨ ਟੂ ਵਨ ਮੀਟਿੰਗਸ ਹੁੰਦੀਆਂ ਨੇ ਉਹਨਾਂ ਚ ਕਈ ਵੀਰ ਕਹਿਣਗੇ ਕਿ ਜੀ ਮੈਂ ਅੰਮ੍ਰਿਤ ਛਕਣਾ ਚਾਹੁੰਦਾ ਪਰ ਮੇਰੀ ਸਿੰਘਣੀ ਨੀ ਮੰਨਦੀ ਹੈ। ਮੈਂ ਕਿਹਾ ਜੀ ਜਿਹੜੀ ਅੰਮ੍ਰਿਤ ਨੀ ਮੰਨਦੀ ਉਹ ਸਿੰਘਣੀ ਕਿਵੇਂ ਹੋਈ? ਫਿਰ ਸਿੰਘ ਦਾ ਤਾਂ ਮਤਲਬ ਹੀ ਇਹ ਹੈ ਜਦੋਂ ਗੁਰੂ ਨੇ ਆਪਣਾ ਆਪਾ ਜਿਹੜਾ ਸਰਬੰਸ ਦਿੱਤਾ ਪੰਥ ਤੋਂ ਔਰ ਇਹ ਅੰਮ੍ਰਿਤ ਦੀ ਦਾਤ ਗੁਰੂ ਦੀ ਬਖਸ਼ੀ ਹੋਈ ਹੈ। ਸਿੰਘ ਤੇ ਸਿੰਘਣੀ ਦਾ ਲਕਬ ਹੀ ਇਸ ਲਈ ਹੈ ਕਿ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਅੰਮ੍ਰਿਤਧਾਰੀ ਜੀਵਨ ਜਿਉਣਾ। ਇਹ ਪਹਿਲੀ ਗੱਲ ਬੜੀ ਸਿੰਪਲ ਹੈ। ਠੀਕ ਹੈ ਹੁਣ ਕਈ ਡੈਫੀਨੇ ਅਸੀਂ ਕੱਚੇ ਹਾਂ ਜੀ, ਅੱਧੇ ਹੈ ਜੀ, ਪੌਣੇ ਹੈ ਜੀ, ਨਾ ਕੱਚਾ ਨਾ ਅੱਧਾ ਨਾ ਪੌਣੇ, ਜਾਂ ਸਿੱਖ ਹੈ ਜਾਂ ਨਹੀਂ, ਇਹ ਮੁੱਢਲੀ ਗੱਲ ਹੈ। ਬਾਕੀ ਤੁਹਾਡੀ ਇਹ ਠੀਕ ਹੈ, ਇੱਕ ਅਕਾਲ ਪੁਰਖ ਦੇ ਨਾਲ ਬੌਂਡ ਹੈ, ਉਹ ਸਤਿਗੁਰੂ ਜਾਣਦੇ ਨੇ ਕਿ ਕਿਹਦਾ ਸਚਿਆਰਤਾ ਦਾ ਜੀਵਨ ਹੈ, ਕਿਹਦਾ ਪੁੱਗਣਾ ਹੈ, ਕਿਹਦਾ ਨਹੀਂ ਪੁੱਗਣਾ। ਪਰ ਜੇ ਅਸੀਂ ਸਿੱਖ ਹੈ ਤੇ ਪਹਿਲੀ ਗੱਲ ਹੁਕਮ ਨੂੰ ਮੰਨਣਾ। ਸਿੱਖ ਦਾ ਮਤਲਬ ਹੀ ਹੁਕਮੀ ਬੰਦਾ ਹੋਣਾ ਤੇ ਜਦੋਂ ਅਸੀਂ ਹੁਕਮ ਨੂੰ ਮੰਨਣਾ ਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਫਰਮਾਨ ਤਾਂ ਇਹੀ ਹੈ ਕਿ ਪ੍ਰਥਮ ਰਹਿਤ ਯੇ ਜਾਨ ਖੰਡੇ ਕੀ ਪਹੁਲ ਛਕੇ ਸੋਈ ਸਿੰਘ ਪ੍ਰਧਾਨ ਅਵਰ ਨਾ ਪਹੁਲ ਜੋ ਲਹੇ ਜਾਂ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਹੁਣ ਰਹਿਤ ਕਕਾਰਾਂ ਦੀ ਹੈ, ਤੁਹਾਡੇ ਜੀਵਨ ਦੀ ਹੈ, ਬਾਣੀ ਤੇ ਬਾਣੇ ਦੀ ਹੈ। ਸੋ ਮੈਂ ਸਮਝਦਾ ਵੀ ਇਹ ਠੀਕ ਹੈ, ਇਸ ਗੱਲ ਦਾ ਇੱਕ ਪ੍ਰਭਾਵ ਬਣ ਗਿਆ। ਇਹ ਇਹਨਾਂ ਦਾ ਇਕੱਲੇ ਉਹਨਾਂ ਦੇ ਹਸਬੈਂਡ ਦਾ ਖਿਆਲ ਨਹੀਂ ਹੈ, ਹੋਰ ਵੀ ਕਈ ਕਹਿਣਗੇ ਜੀ ਪਤਾ ਨੀ ਕਿੰਨੀਆਂ ਪਾਬੰਦੀਆਂ ਲਾ, ਬਹੁਤ ਕਰੜ ਹੈ ਜੀ, ਇਹ ਕਹਿਣਾ ਜੀ ਕਰੜ ਹੈ ਜੀ, ਨਿਭਦਾ ਨਹੀਂ ਹੈ ਜੀ। ਪਹਿਲੀ ਗੱਲ ਤਾਂ ਅੰਮ੍ਰਿਤ ਦਾ ਮਤਲਬ ਆਪਾਂ ਗੁਰੂ ਨੂੰ ਦੇਣਾ, ਫਿਰ ਨਿਭਾਉਣਾ ਗੁਰੂ ਦਾ ਕੰਮ ਹੈ, ਇਹ ਗੁਰੂ ਦਾ ਬਿਰਧ ਹੈ। ਔਰ ਅਸੀਂ ਅੱਗੇ ਵੀ ਭਾਈ ਗੁਰਦਾਸ ਜੀ ਦੀਆਂ ਨੇ ਤੁਕਾਂ ਨੂੰ ਦੁਹਰਾਉਂਦੇ ਹੈ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੰਨ ਸਤ ਓਟ ਪੈਂਡਾ ਆਗੇ ਹੋਏ ਲੇਤ ਹੈ। ਕਿ ਜੇ ਅਸੀਂ ਗੁਰੂ ਵੱਲ ਇੱਕ ਕਦਮ ਤੁਰਦੇ ਹਾਂ ਤੇ ਗੁਰੂ ਕਰੋੜ ਕਦਮ ਅੱਗੋਂ ਤੁਰ ਕੇ ਆਉਂਦੇ ਨੇ। ਸੋ ਆਪਣੇ ਜਿਹੜੇ ਪਤੀ ਦੇਵ ਨੇ ਹਸਬੈਂਡ ਨੇ ਉਹਨਾਂ ਨੂੰ ਸਮਝਾਓ ਕਿ ਜੀ ਇਹ ਗੱਲ ਨਹੀਂ ਹੈ, ਕੋਈ ਪਾਬੰਦੀਆਂ ਨਹੀਂ ਨੇ, ਇਹ ਤਾਂ ਆਨੰਦ ਹੈ। ਇਸ ਤੋਂ ਬਿਨਾਂ ਜਦੋਂ ਤੁਸੀਂ ਗੁਰੂ ਦੀ ਗੋਦ ਦੇ ਵਿੱਚ ਆਪਣਾ ਜੀਵਨ ਜਿਉਂਦੇ ਹੋ ਉਸ ਵਰਗਾ ਤਾਂ ਕੋਈ ਆਨੰਦ ਹੀ ਨਹੀਂ। ਅਸੀਂ ਫਿਰ ਪੜ੍ਹਨ ਦਾ ਕੀ ਫਾਇਦਾ? ਤੁਸੀਂ ਪੜ੍ਹਦੇ ਹੈ ਕਿ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਹੁਣ ਸਤਿਗੁਰੂ ਦਾ ਮਿਲਣਾ, ਗੁਰੂ ਤੇ ਸਿੱਖ ਦਾ ਰਿਸ਼ਤਾ ਅੰਮ੍ਰਿਤਧਾਰੀ ਰੂਪ ਦੇ ਵਿੱਚ ਗੁਰੂ ਦੇ ਹੁਕਮ ਦੇ ਉੱਤੇ ਪਹਿਰਾ ਦੇਣਾ, ਇਹ ਤਾਂ ਆਨੰਦ ਪਿਆ ਮੇਰੀ ਮਾਂ ਏ, ਇਹ ਮੇਰੀ ਮਾਂ, ਮੈਂ ਆਨੰਦ ਚ ਹੈ ਕਿਉਂਕਿ ਮੈਨੂੰ ਸਤਿਗੁਰੂ ਮਿਲ ਗਿਆ। ਸੋ ਇਹ ਕੋਈ ਪਾਬੰਦੀਆਂ ਨਹੀਂ ਨੇ, ਇਹ ਜਦੋਂ ਤੁਸੀਂ ਕਦੇ ਜੀਵਨ ਚ ਇਸ ਰਸਤੇ ਆਏ ਫਿਰ ਤੁਸੀਂ ਪਛਤਾਓਗੇ ਕਿ ਜੀਵਨ ਦੇ ਇੰਨੇ ਵਰੇ ਅਸੀਂ ਕਿਉਂ ਫਜ਼ੂਲ ਗਵਾਏ, ਵੀ ਅਸੀਂ ਪਹਿਲਾਂ ਕਿਉਂ ਨਹੀਂ ਛੱਕ ਲਿਆ। ਹਾਂਜੀ, ਹੁਣ ਵੇਲਾ ਵੀ ਇੱਕ ਛੋਟੇ ਬ੍ਰੇਕ ਦਾ ਵੀ ਸਾਡੇ ਪ੍ਰੋਗਰਾਮ ਇਸ ਨਾਲ ਹੀ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।